ਜਦੋਂ ਉਹਨੇ ਅੰਜੀਰ ਦਾ ਬਾਗ ਕਹਿ ਤਾ ਅਸੀਂ ਛੋਕੜ ਜਿਹਾ ਹੋ ਗਏ ਇੱਕ ਦੂਜੇ ਨੂੰ ਦੇਖ ਕੇ ਵੀ ਆਪਣੇ ਇੰਡੀਆ ਦੇ ਵਿੱਚ ਵੀ ਅੰਜੀਰ ਕਦੇ ਸੁਣਿਆ ਨਹੀਂ ਆਪਾਂ ਡਰਾਈ ਫਰੂਟ ਖਾਂਦੇ ਸੀ ਇੱਕ ਸਾਲ ਅਸੀਂ ਸੋਚਦੇ ਹੀ ਰਹੇ ਵੀ ਯਾਰ ਕਰੀਏ ਜਾਂ ਨਾ ਕਰੀਏ ਫਿਰ ਜਦੋਂ ਉਦੋਂ ਫਰੂਟ ਆਇਆ ਤਾਂ ਸਾਨੂੰ ਇਹ ਉਮੀਦ ਨਹੀਂ ਸੀ ਵੀ ਇੰਨਾ ਫਰੂਟ ਆਊਗਾ ਹੁਣ ਅਸੀਂ ਇਹ ਤੋਂ ਕੈਂਡੀ ਸੋਸ ਜੈਮ ਅਚਾਰ ਅਤੇ ਇਹਦੀ ਅੰਜੀਰ ਦੀ ਬਰਫੀ ਤਿਆਰ ਕਰ ਰਹੇ ਅਤੇ ਲੋਕਲ ਸਾਡੇ ਨਾਲ ਮੰਡੀ ਹੈ ਗਿੱਦੜਵਾ ਇੱਥੇ ਹੀ ਬਹੁਤ ਵਿਕਦੀ ਹੈ ਇਹ ਡਰਾਈ ਜਿਹੜੀ ਇੱਕ ਕਿਲੋ ਦਾ ਰੇਟ ਆ ਬ੍ਰਦਰ ਉਹ 1000 ਰੁਪਏ ਅਸੀਂ ਵੇਚਦੇ ਹਾਂ ਅੰਜੀਰ ਬਰਫੀ ਤਾਂ ਜਿਹਨੇ ਵੀ ਖਾਧੀ ਈਵਨ ਕਿ ਗਾਹਕ ਨੇ ਤਾਂ ਪਸੰਦ ਕਰਨੀ ਹੈ ਦੁਕਾਨਦਾਰ ਵੀ ਪਸੰਦ ਕਰ ਰਿਹਾ ਇਹ ਬ੍ਰਦਰ ਵੈਸੇ ਤਾਂ 1 ਸਾਲ ਤੋਂ ਹੀ ਫਰੂਟ ਦੇਣ ਲੱਗ ਪੈਂਦਾ ਜੇ ਇਹਦੀ ਸਹੀ ਕੇਅਰ ਕਰਾਂਗੇ ਬਾਕੀ ਇਹਨੂੰ ਪ੍ਰੋਸੈਸ ਕਰਕੇ ਵੇਚੋਗੇ ਤਾਂ ਹੋਰ ਵਧੀਆ ਉਹਦੇ ਵਿੱਚ ਜਿਹੜੇ ਵਿਚੋਲੀਏ ਸਾਰੇ ਨਿਕਲ ਜਾਂਦੇ ਨੋਰਮਲੀ ਲੈ ਲਓ 1500 ਤੋਂ ਸ਼ੁਰੂ ਹੋ ਜਾਂਦੀ ਹੈ 3500 ਤੱਕ ਵਿਕਦੀ ਹੈ ਬਾਜ਼ਾਰ ਦੇ ਵਿੱਚ ਅਸੀਂ ਕਹਿੰਦੇ 900,000 ਰੁਪਏ ਅਸੀਂ ਦੇਵਾਂਗੇ ਤਾਂ ਦੇ ਰਹੇ ਹਾਂ ਉਹ ਜਿਹੜਾ 500 ਰੁਪਏ ਉਹ ਕਮਿਸ਼ਨ ਹੈ ਤਾਂ ਉਹ ਜਿਹੜਾ ਜੇ ਚਾਹਵੇ ਤਾਂ ਕਿਸਾਨ ਸਿੱਧਾ ਕਸਟਮਰ ਨੂੰ ਵੀ ਸੌਖਾ ਹੈ ਇਹਨੂੰ ਪੈਸਟੀਸਾਈਡ ਦੀ 1% ਦੀ ਜ਼ਰੂਰਤ ਨਹੀਂ ਹੈ ਬਿਲਕੁਲ ਔਰਗੈਨਿਕ ਹੈ ਕੋਈ ਖਰਚਾ ਨਹੀਂ ਉਸ ਤੋਂ ਬਾਅਦ ਹਾਂ ਇਹਨੂੰ ਇਹ ਜ਼ਰੂਰ ਆ ਹਰ ਸਾਲ ਸਾਲ ਦੀ ਸਾਲ ਇਹਨੂੰ ਰੂੜੀ ਦੀ ਖਾਦ ਜ਼ਰੂਰ ਦਿਓ ਬਸ ਕਟਿੰਗ ਹੈ ਹਰ ਸਾਲ ਜਾਂ ਨੋਰਮਲ ਲੇਬਰ ਹੈ ਜਿਹੜੀ ਕਿਸਾਨ ਆਪ ਕਰ ਸਕਦਾ